ਤੁਸੀਂ ਜਾਓ ਨਾ ਬੈਠੋ, ਤੁਹਾਡੀ ਹਿਸਟਰੀ ਹੈ, ਤੁਹਾਡੀ ਹਿਸਟਰੀ ਹੈ, ਤੁਸੀਂ ਜਾਣੇ ਹੋ ਰੋਜ਼ ਰੋਜ਼ ਭੱਜਦੇ ਹਾਂ, ਤਾਲਾ ਅੰਦਰੋਂ ਲੱਗ ਰਿਹਾ ਤਾਂ ਕਿ ਵਿਪਕਸ਼ ਬੈਠਾ ਰਹੇ, ਲੋਕਤੰਤਰ ਨੂੰ ਬਚਾਈਏ। ਬੈਠੋ 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 ਬੈਠੋ, ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ, ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ। ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ, ਸੁਣੋਗੇ ਬਿਲਕੁਲ ਸੁਣਨਾ, ਸੁਣਨ ਦਾ ਮਾਤਾ ਕਿਹੇ ਕਿਹੇ ਚੁੰਦਾ, ਸੱਚ ਸਾਰੇ ਨਹੀਂ ਸੁਣ ਸਕਦੇ ਹੁੰਦੇ, ਸੱਚ ਸੁਣੋ ਫਿਰ ਕੀ ਤੂੰ ਹਰੇਕ ਨੂੰ ਤੂੰ ਤੂੰ ਕਹਿੰਦੇ ਤੂੰ ਕੀ ਹੁੰਦਾ, ਹਰੇਕ ਨੂੰ ਤੂੰ ਤੂੰ ਲਗਾ ਕੇ ਤੁਸੀਂ ਵੱਡੇ ਆ ਗਏ, ਤੁਸੀਂ ਖਾਨਦਾਨੀ ਜਾਂਦੇ ਗਰੀਬਾਂ ਦੇ ਘਰਾਂ ਚੋਂ ਆ ਗਏ, ਸਭ ਤੂੰ 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 ਆ ਗਿਆ ਸਰ 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 ਤੂੰ ਤੂੰ ਤਾਂ ਮੇਰਾ ਗੱਲ ਨੀ ਕਰ ਰਿਹਾ ਕਿਸੇ ਨਾਲ, ਉਹ ਤੂੰ ਛੱਡ ਯਾਰ ਤੂੰ ਛੱਡ ਯਾਰ, ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ, ਤੁਹਾਨੂੰ ਤਾਂ ਸਮਝਦੀ ਕੱਖ ਨੀ, ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝਦੀ ਕੱਖ ਨੀ, ਤੁਸੀਂ ਕਿਹਨੇ ਚੱਲੇ ਹੋ, ਕਹਿੰਦਾ ਮੈਂ ਇੱਥੇ ਕੌਣ ਹੁੰਦਾ ਪ੍ਰਧਾਨ, ਪਹਿਲਾਂ ਆਪਸ ਆਪਸ ਚ ਬਣਾਓ, ਬੈਠੋ ਬੈਠੋ ਲੈਣੇ ਨਾ ਬੈਠੋ, ਇਸ ਤੋਂ ਬਾਅਦ ਕਰ ਲੈਣੇ ਕਰ ਲੈਂਦੇ ਜੀ ਕਲਾ, ਤੁਸੀਂ ਤੁਸੀਂ ਬਿਲਕੁਲ ਨੀ ਬਹਿੰਦੇ ਨਾ ਬੈਠੋ, ਕਲਾਸ ਦੇ ਵਿੱਚ ਨਲਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ, ਚਲੋ ਬੈਠੋ ਖੜੇ ਰਹੋ ਬੈਠੋ ਜੀ ਬੈਠੋ। ਮੈਂ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਤਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ, ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪਕਸ਼ ਔਰ ਵਿਪਕਸ਼ ਬੈਠ ਕੇ ਮੰਤਰਣਾ ਕਰਨ, ਡਿਸਕਸ਼ਨ ਕਰਨ। ਜਦੋਂ ਆਪਾਂ ਬਾਹਰ ਚਲੇ ਜਾਂਦੇ ਹਾਂ ਠੀਕ ਹੈ ਤੁਹਾਡਾ ਹੱਕ ਹੈ, ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ। ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ, ਇਹ ਯਾਦ ਰੱਖ ਲੈਣ, 13-0 ਹੋਊਗਾ ਪੰਜਾਬ ਚੋਂ, ਜਿੰਦਾ ਲੱਗੂਗਾ, ਇਹਦੋਂ ਪਹਿਲਾਂ 2022 ਚ ਜਿੰਦਾ ਲੱਗਿਆ, ਇਹ ਜਿੰਦੇ ਦੀ ਕੀਮਤ ਨੀ ਸਮਝ ਰਹੇ, ਇਹ ਜਿੰਦੇ ਦੀ ਕੀਮਤ ਨੀ ਸਮਝ ਰਹੇ, ਚਾਬੀ ਜਨਤਾ ਦੇ ਹੱਥ ਹੈ, ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ, ਤੁਸੀਂ ਪ੍ਰਾਊਡ ਨਾ ਕਰੋ, ਤੁਸੀਂ ਹੰਕਾਰ ਕਰਦੇ ਹੋ, ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨੀ ਕੀ। ਆਪਾਂ ਹੁਣ ਡਿਸਕਸ਼ਨ ਨੂੰ ਅੱਗੇ ਤੋਰੀਏ ਜੀ, ਇਹ ਤੂੰ 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 ਬਿਨਾਂ ਗੱਲ ਨੀ ਕਰ ਰਿਹਾ, ਬੈਠੋ ਜੀ, ਇਹ ਮਟੀਰੀਅਲ ਕਿਹਾ ਜਾ ਗਿਆ, ਇਹ ਕਿਹਾ ਜਾ ਮਟੀਰੀਅਲ ਆ ਗਿਆ ਯਾਰ, ਲੀਡਰ ਆਫ ਦਾ ਹਾਊਸ ਨੂੰ ਬੇਨਤੀ ਹੈ ਕਿ ਬੈਠਣ, ਸਾਰੇ ਸਾਥੀ ਮੰਤਰੀ ਜੀ ਬੈਠੋ, ਚੀਮਾ ਜੀ ਬੈਠੋ ਬੈਠੋ ਜੀ, ਚੇਤਨ ਜੀ ਆਪਣੀ ਸੀਟ ਤੇ ਜਾਓ, ਚੇਤਨ ਜੀ ਆਪਣੀ ਸੀਟ ਤੇ ਜਾਓ, ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ, ਤੁਸੀਂ ਬਾਈਕਾਟ ਕਰ ਜਾਂਦੇ ਹੋ, ਮੈਂ ਕੱਲਾ ਬੋਲੀ ਜਾਂਦਾ ਰਹਿੰਦਾ ਖਾਲੀ ਕੁਰਸੀਆਂ ਮੂਹਰੇ, ਮੈਂ ਜਿੰਦਾ ਅੰਦਰੋਂ ਲਾ ਰਿਹਾ ਬਾਹਰੋਂ ਨੀ, ਅੰਦਰੋਂ ਲਾ ਰਿਹਾ ਜਾ ਕੇ, ਤੁਹਾਨੂੰ ਲੋਕਾਂ ਨੇ ਇਸ ਕਰਕੇ ਨੀ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ, ਇੱਥੇ ਬਹਿ ਕੇ ਸੁਣੋ ਸੁਣੋ ਸੁਣੋ, ਚੇਅਰ ਨੂੰ ਐਡਰੈਸ ਕਰੋ ਜੀ, ਚੇਅਰ ਨੂੰ ਐਡਰੈਸ ਕਰੋ, ਚੇਅਰ ਨੂੰ ਐਡਰੈਸ ਕਰੋ, ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ। ਮੈਂ ਮਾਣਯੋਗ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠਣ, ਸਾਰੇ ਮਾਣਯੋਗ ਵਿਧਾਇਕ ਸਾਹਿਬਾਨ ਨੂੰ ਬੇਨਤੀ ਹੈ ਕਿ ਬੈਠੋ, ਅਮਨ ਜੀ ਬੈਠੋ ਆਪਣੀ ਜਗ੍ਹਾ ਤੇ, ਆਪਣੀ ਜਗ੍ਹਾ ਤੇ ਬੈਠੋ ਜੀ,
ਆਪਾਂ ਡਿਸਕਸ਼ਨ ਕਰ, ਕੋਈ ਵੀ ਫਲੋਰ ਨਹੀਂ ਕਰਾਸ ਕਰੇਗਾ। ਬੈਠਾ ਜੀ, ਬੈਠਾ ਜੀ, ਬੈਠਾ ਜੀ, ਬੈਠੋ। ਪ੍ਰੈਰੋਗੇਟਿਵ ਹੈ, ਹਾਊਸ ਦਾ ਫੈਸਲਾ ਲਿਆ। ਹੁਣ ਪਹਿਲਾਂ ਜ਼ੀਰੋ ਲੈ ਲੈਣ, ਉਹ ਪਹਿਲਾਂ ਬਿਜ਼ਨਸ, ਪਹਿਲਾਂ ਕੁਐਸਚਨ ਲੈ ਲੈਣ, ਪਹਿਲਾਂ ਡਿਬੇਟ ਲੈ ਲਈ। ਉਹਨਾਂ ਦਾ ਉਹਨਾਂ ਦਾ ਪ੍ਰੈਰੋਗੇਟਿਵ ਹੈ ਨਾ, ਇਹ ਉਹਨਾਂ ਦਾ ਪ੍ਰੈਰੋਗੇਟਿਵ ਜਾਵੇ। ਸੀਐਮ ਸਾਹਿਬ ਚੇਅਰ ਤੋਂ ਅਡਰੈਸ ਕਰਨਗੇ। ਸੀਐਮ ਸਾਹਿਬ ਚੇਅਰ ਅਡਰੈਸ ਕਰਨਗੇ। ਬੀਜੇਪੀ ਕਿੱਥੇ? ਬੀਜੇਪੀ ਹੈ ਨੀ ਸੀਐਮ ਸਾਹਿਬ। ਉਹ ਤੁਹਾਡੇ ਵਾਲੇ ਸਾਰੇ, ਉਹ ਜਿੰਨਾ ਦੇ ਤੁਸੀਂ ਹੋਮ ਮਿਨਿਸਟਰ ਸੀ, ਉਹ ਬੀਜੇਪੀ ਚ ਚਲੇ ਗਏ। ਮਾਨਯੋਗ ਮੁੱਖ ਮੰਤਰੀ ਸਾਹਿਬ ਚੇਅਰ ਨੂੰ ਅਡਰੈਸ ਕਰੋ ਜੀ। ਸ਼ਾਬਾਸ਼, ਸੁਨੀਲ ਜਾਖੜ ਤੁਹਾਡਾ ਪ੍ਰਧਾਨ ਬੀਜੇਪੀ ਚਲਾ ਗਿਆ। ਤੁਸੀਂ ਰਹਿਣ ਦੋ, ਮੁੜ ਜਾਓ, ਮੁੜ ਜਾਓ, ਟਾਈਮ ਹੈ, ਮੁੜ ਜਾਓ। ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਇਹ ਗੱਲ ਤੁਹਾਡੀ ਜੂੜਾ। ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ, 70% ਕਾਂਗਰਸ ਬੀਜੇਪੀ ਚਲੀ ਗਈ, ਢਕੇ ਰਹੋ, ਢਕੇ ਰਹੋ। ਬੈਠੋ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਬੈਠਣ, ਆਪਣੀ ਆਪਣੀ ਜਗ੍ਹਾ ਤੇ ਬੈਠਣ। ਬੈਠੋ, ਬੈਠੋ, ਬੈਠੋ ਜੀ, ਬੈਠੋ। ਡਾਕਟਰ ਸਾਹਿਬ ਬੈਠੋ, ਰਾਜਾ ਜੀ ਬੈਠੋ, ਅਮਨ ਜੀ ਬੈਠੋ, ਬੈਠੋ ਜੀ, ਬੈਠੋ ਜੀ, ਬੈਠੋ, ਬੈਠੋ। ਕੋਈ ਵੀ ਮੈਂਬਰ, ਮੈਂ ਬੈਠੋ, ਤੁਸੀਂ ਬੈਠੋ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ, ਗੱਲ ਕੰਟੀਨਿਊ ਕਰੋ। ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ। ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ, ਜਿਹਨੂੰ ਕੇ ਪੂਰਾ ਨਹੀਂ ਹੋਣ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ। ਇੱਕ ਮਿੰਟ ਮੁੱਖ ਮੰਤਰੀ ਸਾਹਿਬ, ਇੱਕ ਮਿੰਟ, ਮੈਂ ਬਾਜਵਾ ਸਾਹਿਬ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ, ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ, ਇਹ ਰੈਜੂਲੇਸ਼ਨ ਹੋਇਆ ਜੀ। ਉਦੋਂ ਤੁਸੀਂ ਆਏ ਨਹੀਂ ਸੀ, ਉਦੋਂ ਤੁਸੀਂ ਆਏ ਨਹੀਂ ਸੀ। ਧਿਆਨ ਦਿਆ ਕਰੋ, ਤੁਸੀਂ ਧਿਆਨ ਦਿਆ ਕਰੋ, ਕਿੱਥੇ ਮੁੱਖ ਮੰਤਰੀ ਸਾਹਿਬ? ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ। ਜੀ ਮੈਂ ਬੋਲਾਂ ਜੀ ਜੀ, ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਨੇ ਗੱਲ। ਸਪੀਕਰ ਸਾਹਿਬ, ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਹੈ। ਤੁਸੀਂ ਘੰਟੇ ਬਾਅਦ ਲੈ ਲਿਓ, ਤੁਸੀਂ 2 ਘੰਟਿਆਂ ਬਾਅਦ ਕੁਐਸਚਨ ਆਵਰ ਕਰ ਲਿਓ, ਜ਼ੀਰੋ ਕਰ ਲਿਓ। ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ, ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ, ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ। ਜੋ ਮਰਜ਼ੀ ਬੋਲ ਲਿਓ, ਬੋਲੋ, ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ। ਇਹ ਇੰਨੀ ਦੇਰ ਬੈਠਣ ਵਾਲੇ ਹੈ ਨੀ, ਇਹ ਬਿਨਾਂ ਸੱਤਾ ਤੋਂ ਬੈਠ ਨਹੀਂ ਸਕਦੇ। ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਅ ਹੈ, ਬਾਹਰ ਜਾਣਾ ਇਹਨਾਂ ਨੇ। ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਤਾ, ਹੁਣ ਬਾਹਰ ਵੀ ਨਹੀਂ ਜਾ ਸਕਦੇ। ਤੇ ਮੈਨੂੰ ਵੀ ਸ਼ੌਕ ਹੈ ਨੀ,
ਮੈਂ 17.5 ਸਾਲ ਦਾ ਮਸ਼ਹੂਰ ਹੋ ਗਿਆ ਸੀ, ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ। ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦਿਓ, ਨਹੀਂ ਬਣਾ ਸਕਦੇ ਤੁਸੀਂ। ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ, ਤੁਸੀਂ ਮੈਨੂੰ ਕਹਿਣਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਦੀਕ ਤੋਂ, ਮੈਂ ਲੈਂਦਾ ਸੀ, ਮੈਂ ਕਲਾ ਕਰਕੇ ਮਸ਼ਹੂਰ ਹੋਇਆ। ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦਿਓ, ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ। ਇਹ ਪੈਸੇ ਦੀ ਖੇਡ ਨਹੀਂ ਹੁੰਦੀ, ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ, ਇਹ ਜਿਹੜੀ ਆਰਟ ਹੈ ਨਾ ਕਲਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਹਾਂ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਿਆ ਦਿਹਾੜੀ ਲੈਂਦਾ ਸੀ, ਇਹ ਜਬੜੀਆਂ ਮਾਰਦਾ ਸੀ, ਤੇ ਤੁਸੀਂ ਉਹੀ ਤੁਹਾਡਾ MP ਆ ਹੋ। ਸਪੀਕਰ ਸਾਹਿਬ ਤੁਸੀਂ ਚੇਅਰ ਨੂੰ, ਜੀ ਜੀ ਤੁਸੀਂ ਬੈਠੋ ਜੀ। ਸਰ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ, ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ, ਜਦੋਂ ਮਰਜ਼ੀ ਬੋਲ ਸਕਦਾ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ, ਮੁੱਖ ਮੰਤਰੀ ਸਾਹਿਬ ਕੰਟੀਨਿਊ ਕਰੋ ਜੀ। ਮਿਸਟਰ ਬਾਜਵਾ, ਓ ਮਿਸਟਰ ਬਾਜਵਾ, ਹੈਲੋ ਮੁੱਖ ਮੰਤਰੀ ਸਾਹਿਬ ਕਰ ਇਧਰ, ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ। ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ, 2:45 ਤੁਸੀਂ ਕਿੱਥੇ ਸੀ? ਤੁਸੀਂ ਡਿਊਟੀ ਕਿਉਂ ਨਹੀਂ ਕੀਤਾ? ਤੁਸੀਂ ਸਵੇਰੇ 11 ਵਜੇ ਉੱਠਿਆ ਨੂੰ ਐਡਰੈਸ ਕੀਤਾ ਜਾਵੇ, ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ, ਐਡਰੈਸ ਕੀਤਾ ਜਾਵੇ। ਅੱਜ ਫੁੱਟ ਪੁਆਉਣ ਵਾਲਾ ਇਹ ਬੰਦਾ ਫਰੈਂਡ, ਅੱਜ ਕਿਸਾਨ ਯਾਦ ਆ ਗਏ, ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮਟਨ ਨੂੰ, ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ, 726 ਮਰਵਾ ਲਏ, 726 ਮਾਰੇ ਗਏ, ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ, ਲੈ ਕਿਉਂ ਨੀ ਦਿੱਤੀ ਗੱਲੇ ਗੱਲ। ਮੁੱਖ ਮੰਤਰੀ ਸਾਹਿਬ ਲੋਰ ਕ੍ਰੋਸ ਨਹੀਂ ਕਰੇ ਜੀ, ਬਾਈ ਨੇਮ ਦਿੱਤੀ। ਹਾਂਜੀ, ਦਿਸ ਇਜ਼ ਅ CM, ਦਿਸ ਇਜ਼ ਅ CM, ਇਹ ਲੋਕਾਂ ਦਾ CM ਹੈ ਜਨਾਬ, ਤੁਹਾਡਾ ਪ੍ਰੋਟੋਕਾਲ, ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ, ਲੈ ਕੇ 1.25 ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ, ਕੁਰਸੀ ਨਹੀਂ ਮਿਲਣੀ।